वाहेगुरु जी का खालसा वाहेगुरु जी की फतेह। अज का ये विशेष समागम जो कि श्री गुरु रामदास जी महाराज के प्रकाश पुरब और श्री गुरु रामदास जी महाराज के 450 साल गुरपुरब गद्दी दिवस में मुख रखते हुए श्री गुरु रामदास सेवा सोसायटी वालों मनाया जा रहा है, जिस दे विच बैठक गुरद्वारा बैठक मंत मोहर सिंह जी की मैनेजमेंट कमेटी, डिस्ट्रिक्ट गुरद्वारा प्रबंधक कमेटी, डिस्ट्रिक्ट गुरद्वारा संत भाई रोचा सिंह जी पुरानी पुंछ की मैनेजमेंट कमेटी अते इस्त्री सत्संग के सहयोग नाल इस प्रोग्राम नूं वड्डे पद्धर ते मनाया गया। ये प्रोग्राम 18 तरीक सवेरे 9 बजे अखंड पाठ साहब की आरंभता नाल स्टार्ट होया सी, अते शामां दे दीवान 7 बजे तो लैके 10 बजे तक चले। 19 तरीक नूं शामां दे दीवान 7 बजे तो 10 बजे तक, जिस दे विच साढ़े लोकल रागी जथे अते कश्मीर दे रागी जथे भी जिन्होंने कीर्तन किया है उस दे विच विचारां भी सांझियां होईयां ने। उस तो अलावा श्री गुरु रामदास इस दे विच साढ़े कोल विशेष तौर पर हजूरी रागी भाई यादविंदर सिंह जी, कश्मीर दे दो जथे भाई भुपिंदर सिंह जी, भाई जतिन पाल सिंह जी साढ़े कोल पहुँचे सन। उन्होंने संगतां नूं कीर्तन दे नाल जोड़िया है और इस प्रोग्राम का संगतां ने बाखूबी तरीके नाल आनंद माणिया है और संगतां ने साडा बहुत वड्डा सहयोग दिता है। मैं पुंछ की समुची सात संगत अते जितनिया भी गुरद्वारे की मैनेजमेंट कमेटियां ने उन्हां सारियां का धन्नवाद करता हाँ। मैं मीडिया वालियां का भी धन्नवाद करता हाँ,
ਜੋ ਟਾਈਮ ਟੂ ਟਾਈਮ ਇਸ ਪ੍ਰੋਗਰਾਮ ਨੂੰ ਕਵਰੇਜ ਦਿੰਦੇ ਨੇ ਅਤੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪੁੱਜਦੇ ਨੇ ਬਹੁਤ ਬਹੁਤ ਧੰਨਵਾਦ ਬੋਲਦਿਆਂ ਕੋਈ ਵੱਧ ਘੱਟ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਜੋ ਕਿ ਕੱਲ੍ਹ 19 ਤਰੀਕ ਨੂੰ ਪੂਰੀ ਦੁਨੀਆ ਦੇ ਅੰਦਰ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਮਨਾਇਆ ਗਿਆ ਸੀ ਇਸੇ ਸਿਲਸਿਲੇ ਦੇ ਵਿੱਚ ਅਸੀਂ ਜੋ ਹੈ ਅੱਜ ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਜੋ ਕਿ ਗੁਰਦੁਆਰਾ ਬੈਠਕ ਮੰਤ ਮੋਹਰ ਸਿੰਘ ਸਾਹਿਬ ਵਿਖੇ ਮਨਾ ਰਹੇ ਹਾਂ ਜਿਸ ਦੇ ਵਿੱਚ ਖਾਸ ਕਰਕੇ ਸ਼੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਪੂੰਛ ਜੋ ਹਰ ਸਾਲ ਬੜੇ ਹੀ ਪੱਧਰ 'ਤੇ ਜੋ ਹੈ ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਉਂਦੀ ਹੈ ਨਾਲ ਨਾਲ ਇੱਕ ਸਾਲ ਬਹੁਤ ਹੀ ਵੱਡਾ ਸਮਾਗਮ ਜੋ ਹੈ ਸ਼੍ਰੀ ਮੰਡੇਰਾ ਨੰਗਾਲੀ ਸਾਹਿਬ ਵਿਖੇ ਅਸੀਂ ਕਰਦੇ ਸਾਂ ਪਰ ਕੋਵਿਡ ਤੋਂ ਬਾਅਦ ਜੋ ਹੈ ਉਹ ਅਸੀਂ ਜੋ ਹੈ ਇਸ ਗੁਰਦੁਆਰਾ ਸਾਹਿਬ ਵਿਖੇ ਜੋ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਇਹ ਸਾਰਾ ਹੀ ਜੋ ਪ੍ਰੋਗਰਾਮ ਹੈ ਸ਼੍ਰੀਮਾਨ ਮਾਨ ਸਾਹਿਬ ਜੀ ਮਹਾਰਾਜ ਦੇ ਜ਼ੇਰੇ ਨਿਗਰਾਨੀ ਹੁੰਦਾ ਹੈ ਜਿਸ ਦੇ ਵਿੱਚ ਜਿਤਨੇ ਗੁਰਦੁਆਰਾ ਸਾਹਿਬ ਹਨ ਉਹਨਾਂ ਦੀਆਂ ਮੈਨੇਜਮੈਂਟ ਕਮੇਟੀਆਂ ਹਨ ਉਹਨਾਂ ਨੂੰ ਨਾਲ ਲੈ ਕੇ ਜੋ ਅਸੀਂ ਇਹ ਅਸੀਂ ਪ੍ਰੋਗਰਾਮ ਕਰਦੇ ਹਾਂ ਸਾਡਾ ਇੱਕ ਸਾਡੀ ਸੋਚ ਬਣੀ ਸੀ ਕਿ ਅਸੀਂ ਕਸ਼ਮੀਰ ਤੋਂ ਜਥੇ ਮੰਗਾਈਏ ਕਸ਼ਮੀਰ ਤੋਂ ਵੀ ਸਾਡੇ ਕੋਲ ਦੋ ਜਥੇ ਪਹੁੰਚੇ ਹਨ ਕਿਉਂਕਿ ਅਸੀਂ ਇਹ ਸੋਚ ਬਣਾਈ ਹੈ ਕਿ ਸਾਡੇ ਜੋ ਰਾਗੀ ਜਥੇ ਹਨ ਉਹ ਕਸ਼ਮੀਰ 'ਤੇ ਜਾ ਕੇ ਕੀਰਤਨ ਕਰਨ ਅਤੇ ਕਸ਼ਮੀਰ ਦੇ ਜੋ ਰਾਗੀ ਜਥੇ ਹਨ ਇੱਥੇ ਆ ਕੇ ਕੀਰਤਨ ਕਰਨ ਇੱਕ ਸਾਰੀ ਜੋ ਗੁਰਬਾਣੀ ਦੀ ਜੋ ਇੱਕ ਸਾਂਝ ਬਣੀ ਰਹੇ ਇਸ ਤਰੀਕੇ ਦੇ ਨਾਲ ਅੱਜ ਉਹ ਪ੍ਰੋਗਰਾਮ ਇੱਥੇ ਹੋਇਆ ਹੈ ਜੋ ਕਿ 18 ਤਰੀਕ ਨੂੰ 9 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਸਾਰੇ ਜੋ ਦੀਵਾਨ 9 ਵਜੇ ਤੋਂ ਲੈ ਕੇ ਉਹ ਤਕਰੀਬਨ 3 ਵਜੇ ਤੱਕ ਜੋ ਸਾਰੇ ਦੀਵਾਨ ਹੋਏ ਜਿਸ ਦੇ ਵਿੱਚ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ ਉਹਨਾਂ ਨੇ ਵੀ ਆਪਣੇ ਵਿਚਾਰ ਰੱਖੇ ਸਰਦਾਰ ਅਨਮੋਲ ਸਿੰਘ ਜੀ ਔਰਗਨਾਈਜ਼ਰ ਸ਼੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਉਹਨਾਂ ਦੇ ਵੀ ਆਪਣੇ ਵਿਚਾਰ ਰੱਖੇ ਹਨ ਸਰਦਾਰ ਸੁਰਜਨ ਸਿੰਘ ਜੀ ਉਹਨਾਂ ਨੇ ਆਪਣੇ ਵਿਚਾਰ ਰੱਖੇ ਹਨ ਅਤੇ ਲਾਸਟ ਦੇ ਵਿੱਚ ਜੋ ਹੈ ਸ਼੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਸਰਦਾਰ ਦਲਜੀਤ ਸਿੰਘ ਨੇ ਜੋ ਕਿ ਸਮੁੱਚਾ ਸਾਧ ਸੰਗਤ ਦਾ ਧੰਨਵਾਦ ਕੀਤਾ ਹੈ ਔਰ ਜੋ ਗੁਰੂ ਕੇ ਲੰਗਰ ਹਨ ਉਹ ਟੂਟੀ ਵਰਤਾਏ ਜਾ ਰਹੇ ਹਨ ਅਸੀਂ ਇੱਕ ਮਿਸ਼ਨ ਲੈ ਕੇ ਚੱਲੇ ਸਾਂ ਕਿ ਸਾਡੀ ਇਹ ਸੁਸਾਇਟੀ ਹਿੰਦੂ ਮੁਸਲਿਮ ਭਾਈਚਾਰੇ ਦੀ ਗੱਲ ਕਰਦੀ ਹੈ ਦੇਸ਼ ਦੀ ਏਕਤਾ ਔਰ ਅਖੰਡਤਾ ਦੀ ਗੱਲ ਕਰਦੀ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੋ ਬਾਣੀ ਹੈ ਉਹ ਅਸੀਂ ਜੋ ਹੈ ਸਾਰੀ ਦੁਨੀਆ ਤੱਕ ਫੈਲਾਈਏ ਔਰ ਜੋ ਸ਼੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਹੈ ਮੈਂ ਫਿਰ ਕਹਾਂ ਇਸ ਸ਼੍ਰੀਮਾਨ ਮਾਨ ਸਾਹਿਬ ਜੀ ਮਹਾਰਾਜ ਦੇ ਜ਼ੇਰੇ ਨਿਗਰਾਨੀ ਚੱਲਦੀ ਹੈ ਇਹ ਸਾਰੇ ਪ੍ਰੋਗਰਾਮ ਜੋ ਅਸੀਂ ਉਲੀਕਦੇ ਹਾਂ ਖਾਸ ਕਰਕੇ ਇਸ ਪ੍ਰੋਗਰਾਮਾਂ ਦੇ ਵਿੱਚ ਕਿਸੇ ਕਿਸਮ ਦੀ ਤਰੁਟੀ ਸਾਡੇ ਕੋਲ ਰਹਿ ਜਾਂਦੀਆਂ ਹਨ ਕਈ ਵਾਰ ਕੰਮ ਕਰਦੇ ਹਾਂ ਸਾਡੇ ਕੋਲ ਗਲਤੀਆਂ ਵੀ ਹੋ ਜਾਣੀਆਂ ਹਨ ਅਸੀਂ ਸਮੁੱਚੀ ਸਾਧ ਸੰਗਤ ਕੋਲ ਗਲਤੀ ਹੋ ਜਾ ਅਸੀਂ ਕਿਵੇਂ ਮੰਗਾਂਗੇ ਇਸੇ ਤਰੀਕੇ ਦੇ ਨਾਲ ਵੱਡੇ ਤੋਂ ਵੱਡੇ ਜੋ ਪ੍ਰੋਗਰਾਮ ਹਨ ਅਸੀਂ ਸੰਗਤਾਂ ਦੇ ਸਾਹਮਣੇ ਲਿਆਂਗੇ ਅਸੀਂ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਹਾਂ ਜੋ ਕਿ ਸਾਡੀ ਇਹ ਜੋ ਇਹ ਸਾਡੀ ਇਸ ਪ੍ਰੋਗਰਾਮ ਦੀ ਜੋ ਆਪਣਾ ਵਾਇਸ ਹੈ ਇਸ ਪ੍ਰੋਗਰਾਮ ਦਾ ਜੋ ਸਾਰਾ ਪ੍ਰੋਗਰਾਮ ਹੈ ਆਪ ਜੀ ਸਾਰੀ ਜੋ ਜੰਮੂ ਕਸ਼ਮੀਰ ਦੇ ਅੰਦਰ ਨਹੀਂ ਹਿੰਦੁਸਤਾਨ ਦੇ ਅੰਦਰ ਪਹੁੰਚਾਉਂਦੇ ਹੋ ਆਪ ਜੀ ਦੇ ਚੈਨਲ ਜੋ ਦਿਨ ਦੁੱਗਣੀ ਰਾਤ ਦੁੱਗਣੀ ਤਰੱਕੀ ਕਰਨ ਇਸੇ ਤਰੀਕੇ ਦੇ ਨਾਲ ਆਪ ਜੀ ਕਵਰੇਜ ਦਿੰਦੇ ਰਹੋ ਆਪ ਜੀ ਦਾ ਵੀ ਧੰਨਵਾਦ।